ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਤੋਂ ਜਸਵੀਰ ਸਿੰਘ ਡਿੰਪਾ, ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਜਗੀਰ ਕੌਰ, ਆਮ ਆਦਮੀ ਪਾਰਟੀ ਵੱਲੋਂ ਮਨਜਿੰਦਰ ਸਿੰਘ ਅਤੇ PDA ਵੱਲੋਂ ਯਾਨੀ ਗੱਲ ਕਹੀਏ ਤਾਂ ਇੱਕ ਸਾਂਝੇ ਦਲ ਜਿਹੜੇ ਨੇ ਬਹੁਤ ਸਾਰੇ ਦਲਾਂ ਦਾ ਇਕੱਠ ਮਹਾਂਗਠਬੰਧਨ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਖੜ੍ਹੇ ਨੇ। ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਨੇ ਆਪਣੇ ਕੰਮ ਧੰਦੇ ਛੱਡ ਕੇ, ਕਾਰੋਬਾਰ ਛੱਡ ਕੇ, ਆਪਣੀ ਪ੍ਰੈਕਟਿਸ ਛੱਡ ਕੇ ਜਿਹੜੀ ਹੈ ਇਸ ਚੁਣਾਵ ਮੈਦਾਨ ਦੇ ਵਿੱਚ ਚੁਣਾਵ ਪ੍ਰਚਾਰ ਦੇ ਲਈ ਲਗਾਤਾਰ ਹਲਕਾ ਖਡੂਰ ਸਾਹਿਬ ਦੇ ਵਿੱਚ ਵਿਚਰ ਰਹੇ ਨੇ ਔਰ ਆਪਣੀਆਂ ਪਾਲਸੀਆਂ ਦੱਸ ਰਹੇ ਨੇ। ਸ਼੍ਰੋਮਣੀ ਅਕਾਲੀ ਦਲ, BJP, ਕਾਂਗਰਸ ਉਹਨਾਂ ਦੀਆਂ ਪਾਲਸੀਆਂ ਲੋਕਾਂ ਨੂੰ ਦੱਸ ਰਹੇ ਨੇ ਔਰ ਵੋਟ ਦੀ ਅਪੀਲ ਕਰ ਰਹੇ ਨੇ ਕਿ ਇਹਨਾਂ 'ਚੋਂ ਤੁਹਾਨੂੰ ਨਾਲ ਕੌਣ ਖੜ੍ਹਾ, ਤੁਹਾਡੀ ਲੜਾਈ ਕੌਣ ਲੜ ਰਿਹਾ, ਉਹਨਾਂ ਦੇ ਲਈ ਵੋਟ ਕਰਨਾ ਔਰ ਚੁਣਨਾ ਤੁਹਾਡਾ ਕੰਮ ਹੈ। ਸੋ ਐਸੇ ਹੀ ਇੱਕ ਨੌਜਵਾਨ ਬੀਬੀ ਇਸ ਦੇ ਨਾਲ ਜਿਹੜੇ ਐਡਵੋਕੇਟ ਨੇ ਪੇਸ਼ੇ ਤੋਂ ਔਰ ਨਾਂ ਹੈਗਾ ਇਹਨਾਂ ਦਾ ਸਿਮਰਨਜੀਤ ਕੌਰ ਔਰ ਪਠਾਨਕੋਟ ਤੋਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। NRI TV ਦੇਖਣ ਵਾਲੇ ਸਮੁੱਚੇ ਸਾਡੇ ਵੀਰਾਂ ਭੈਣਾਂ ਨੂੰ ਮੈਂ ਜਿਹੜਾ ਧੰਨਵਾਦ ਕਰਦੀ ਹਾਂ। ਸਿਮਰਨਜੀਤ, ਤੁਸੀਂ ਕਿੰਨੇ ਦਿਨਾਂ ਤੋਂ ਬੀਬੀ ਜੀ ਦੇ ਨਾਲ ਪ੍ਰਚਾਰ? ਅਸੀਂ ਡੇ ਫਸਟ ਤੋਂ ਜਦੋਂ ਬੀਬੀ ਜੀ ਦਾ ਨੇਮ ਅਨਾਊਂਸ ਹੋਇਆ ਸੀਗਾ ਪੰਜਾਬ ਡੈਮੋਕਰੈਟਿਕ ਅਲਾਇੰਸ ਦੇ ਵੱਲੋਂ, ਅਤੇ ਡੇ ਫਸਟ ਤੋਂ ਅਸੀਂ ਬੀਬੀ ਜੀ ਦੇ ਨਾਲ ਅਸੀਂ ਪ੍ਰਚਾਰ ਅਸੀਂ ਸ਼ੁਰੂ ਕਰਤਾ ਸੀ ਔਰ ਉਸ ਤੋਂ ਬਾਅਦ ਜਦੋਂ ਸਾਡਾ ਮਤਲਬ ਪ੍ਰਚਾਰ ਭਖਣਾ ਸ਼ੁਰੂ ਹੋਇਆ ਤਾਂ ਆਪਾਂ ਉਹ ਤੋਂ ਲੈ ਕੇ ਡੇ ਫਸਟ ਤੋਂ ਅੱਜ ਤੱਕ ਬੀਬੀ ਜੀ ਦੇ ਨਾਲ ਹੀ ਹਾਂ। ਬਿਲਕੁਲ, ਤੁਸੀਂ ਲਗਾਤਾਰ ਨਾਲ ਹੋ, ਕੀ ਦੇਖਿਆ ਤੁਸੀਂ ਲੋਕਾਂ ਦੇ ਵਿਚਾਰਾਂ ਨੂੰ ਜਾਣਦੇ ਹੋ, ਲੋਕਾਂ ਦੇ ਮਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ, ਕਿਤੇ ਇਸ ਤਰ੍ਹਾਂ ਤਾਂ ਨਹੀਂ ਲੱਗਾ ਕਿ ਵੇਵ ਜਿਹੜੀ ਹੈ, ਹਵਾ ਜਿਹੜੀ ਹੈ ਉਹ ਇਹਨਾਂ ਦੇ ਹੱਕ 'ਚ, ਲੇਕਿਨ ਲੋਕ ਜਿਹੜੇ ਨੇ ਅੰਦਰ ਖਾਤੇ ਰਵਾਇਤੀ ਪਾਰਟੀਆਂ ਨਾਲ ਜੁੜੇ ਨੇ ਜੀ? ਇੱਥੇ ਉਲਟ ਹੈ, ਉਲਟ ਇਸ ਤਰੀਕੇ ਦੇ ਨਾਲ ਹੈ ਕਿ ਲੋਕਾਂ ਦੇ ਘਰਾਂ ਦੇ ਉੱਤੇ ਜ਼ਬਰਦਸਤੀ ਜਿਹੜੇ ਆ ਕਾਂਗਰਸੀ ਜਾ ਕੇ ਆਪਣੇ ਝੰਡੇ ਲਗਾ ਰਹੇ ਨੇ, ਅਤੇ ਚਾਹੇ ਉਹ ਅਕਾਲੀ ਦਲ ਵਾਲੇ ਹੋਣ, ਚਾਹੇ ਕਾਂਗਰਸੀ ਹੋਣ ਜਾਂ ਕੋਈ ਵੀ ਹੋਣ, ਇਹਨਾਂ ਦੇ ਵੱਲੋਂ ਜ਼ਬਰਦਸਤੀ ਉਹਨਾਂ ਦੇ ਨਾਲ ਲਗਾਏ ਜਾ ਰਹੇ ਝੰਡੇ ਵਗੈਰਾ। ਉਹਦਾ ਕਾਰਨ ਇਹ ਕਿ ਲੋਕ ਕਹਿੰਦੇ ਨੇ ਕਿ ਵੀ ਤੁਸੀਂ ਟੈਨਸ਼ਨ ਨਾ ਲਓ, ਝੰਡੇ ਨਾ ਦੇਖਿਓ, ਸਾਡੇ ਘਰਾਂ ਦੇ ਉੱਤੇ ਸਾਡਾ ਜਿਹੜਾ ਮਨ ਹੈ ਉਹ ਬੀਬੀ ਜੀ ਦੇ ਨਾਲ ਹੈ, ਅਸੀਂ ਵੋਟ ਚਾਬੀ ਨੂੰ ਹੀ ਪਾਉਣੀ ਹੈ, ਅਸੀਂ ਬੀਬੀ ਜੀ ਨੂੰ ਜਿਤਵਾਉਣਾ ਹੈ। ਇੱਥੇ ਉਲਟ ਹੈ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹ ਤੋਂ ਬਿਲਕੁਲ ਟੋਟਲੀ ਉਲਟ ਹੈ। ਤੁਸੀਂ ਪਿੰਡਾਂ 'ਚ ਗਏ, ਨੌਜਵਾਨਾਂ ਦਾ ਜ਼ਿਆਦਾ ਰੁਝਾਨ ਬੀਬੀ ਦੇ ਨਾਲ ਹੈ, ਬਜ਼ੁਰਗਾਂ ਦਾ ਜ਼ਿਆਦਾ ਧਿਆਨ ਬੀਬੀ ਦੇ ਨਾਲ ਹੈ ਜਾਂ ਸ਼ਹੀਦਾਂ ਦੇ ਪਰਿਵਾਰ ਹੀ ਸਿਰਫ ਬੀਬੀ ਨਾਲ ਜੁੜੇ ਹੋਏ? ਇੱਥੇ ਜਿਹੜੀ ਮੈਂ ਗੱਲ ਕਰ ਲਵਾਂ ਕਿ ਸ਼ਹੀਦਾਂ ਦੇ ਪਰਿਵਾਰ ਹੀ ਨਹੀਂ ਸਿਰਫ ਜੁੜੇ ਹੋਏ, ਜਿਹੜੇ ਨੌਜਵਾਨਾਂ ਦੀ ਅਸੀਂ ਗੱਲ ਕਰ ਲਈ, ਨੌਜਵਾਨਾਂ ਦੀ, ਬਜ਼ੁਰਗਾਂ ਦੀ, ਜਿਹੜਾ ਸਾਡਾ ਲੋਕ ਸਭਾ ਹਲਕਾ ਖਡੂਰ ਸਾਹਿਬ ਹੈ ਇਹ ਹੈ ਇੱਕ ਪੰਥਕ ਸੀਟ ਹੈ। ਇੱਥੇ ਹਰ ਘਰ ਦੇ ਵਿੱਚ 84 ਦਾ ਸੇਕ ਜ਼ਰੂਰ ਗਿਆ ਆ, ਕਿਸੇ ਨਾ ਕਿਸੇ ਦੇ ਘਰ ਹਰ ਘਰ 'ਚ ਕੋਈ ਨਾ ਕੋਈ ਚਿਰਾਗ ਜਿਹੜਾ ਜ਼ਰੂਰ ਬੁਝਿਆ ਆ। ਸੋ ਸਿਰਫ ਸ਼ਹੀਦ ਜਿਨ੍ਹਾਂ ਦੇ ਘਰ ਹੋਏ ਨੇ, ਜਿਨ੍ਹਾਂ ਦੇ ਬੱਚੇ ਸ਼ਹੀਦ ਹੋਏ ਨੇ, ਸਿਰਫ ਉਹੀ ਨਹੀਂ ਨਾਲ ਹਨ, ਬਾਕੀ ਸਾਰੇ ਸਾਡੇ ਖਡੂਰ ਸਾਹਿਬ ਦੇ ਵਿੱਚ ਜਿਹੜੇ ਸਮੁੱਚੇ ਵੋਟਰਸ ਨੇ, ਇਹ ਤੁਸੀਂ ਆਉਣ ਵਾਲੇ ਟਾਈਮ 'ਤੇ ਤੁਸੀਂ ਦੇਖੋਗੇ ਕਿ ਇਹ ਰਿਜ਼ਲਟ ਸਾਨੂੰ ਬਹੁਤ ਅੱਛਾ ਮਿਲੇਗਾ, ਇਹ ਸਾਨੂੰ ਦੰਗ ਰਹਿ ਜਾਣ ਵਾਲਾ ਜਿਹੜਾ ਰਿਜ਼ਲਟ ਮਿਲਣਾ। ਬਿਲਕੁਲ, ਤੁਸੀਂ ਕਹਿ ਰਹੇ ਹੋ ਕਿ ਦੰਗ ਰਹਿ ਜਾਣ ਵਾਲਾ ਰਿਜ਼ਲਟ ਹੋਣਾ ਵੀ ਚਾਹੀਦਾ, ਬਦਲਾਵ ਜ਼ਰੂਰੀ ਹੈ, ਜਦ ਤੱਕ ਬਦਲਾਵ ਨਹੀਂ ਹੋਏਗਾ ਰਵਾਇਤੀ ਪਾਰਟੀਆਂ ਢੀਠ ਨੇ ਉਹ ਸੁਧਰਨਗੇ ਨਹੀਂ, ਉਹਨਾਂ ਦੇ ਕੈਂਡੀਡੇਟ ਨਹੀਂ ਸੁਧਰਨਗੇ। ਤੁਸੀਂ ਕਿਹੜੇ ਮੁੱਦੇ ਲੈ ਕੇ ਜਨਤਾ ਦੇ ਕੋਲ ਗਏ? ਦੇਖੋ, ਸਾਡੇ ਜਿਹੜੇ ਮੁੱਦੇ ਨੇ ਨਾ, ਸਾਡਾ ਜਿਹੜਾ ਇੱਥੇ ਜਿਹੜਾ ਸਾਡਾ ਲੋਕ ਸਭਾ ਹਲਕਾ ਖਡੂਰ ਸਾਹਿਬ ਹੈ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂਗੀ ਕਿ ਵੀ ਇਹ ਬੀਬੀ ਪਰਮਜੀਤ ਕੌਰ ਖਾਲੜਾ ਜੀ, ਇਹਨਾਂ ਦਾ ਇਹ ਕਹਿਣਾ ਹੈ ਕਿ ਮੈਂ ਜਿਹੜੇ ਮਤਲਬ ਆਮ ਜਿਹੜੇ ਪੋਲੀਟੀਸ਼ੀਅਨਸ ਨੇ, ਦੂਜੀਆਂ ਰਵਾਇਤੀ ਪਾਰਟੀਆਂ ਨੇ, ਉਹ ਬੜੇ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰਦੀਆਂ ਨੇ, ਮੁੱਕਰ ਜਾਂਦੀਆਂ ਨੇ, ਕਹਿੰਦੇ ਇਹ ਉਹ ਵਾਅਦੇ ਕਰਦੀਆਂ ਨੇ ਜਿਵੇਂ ਗਲੀਆਂ ਨਾਲੀਆਂ, ਇਹ ਤਾਂ ਇਹਨਾਂ ਦਾ ਫਰਜ਼ ਹੈ ਬਣਾਉਣਾ, ਇਹ ਤਾਂ ਫਰਜ਼ ਹੈ। ਅਤੇ ਮੁੱਦੇ ਦੀ ਗੱਲ ਇਹ ਹੈ ਕਿ ਅਸੀਂ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਗੱਲ ਇਹ ਹੈਗੀ ਹੈ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਇੱਕ ਚਿਣਕ ਜਾਗੀ ਹੈ ਔਰ 25,000 ਉਹ ਜਿਹੜੇ ਲੋਕ ਨੇ ਉਹਨਾਂ ਨੂੰ ਲਵਾਰਿਸ ਕਹਿ ਕੇ ਜਿਨ੍ਹਾਂ ਨੂੰ ਸਾੜਤਾ ਗਿਆ, ਰੋੜਤਾ ਗਿਆ, ਫੂਕ ਦਿੱਤਾ ਗਿਆ, ਉਹਨਾਂ ਦੀ ਕੋਈ ਜਿਹੜੀ ਮਤਲਬ ਆਪਾਂ ਆਪਣੇ ਹੱਕ ਸੱਚ ਦੀ ਆਵਾਜ਼ ਜਿਹੜੀ ਉਠਾਉਣੀ ਹੈ, ਸਿੱਖ ਪੰਥ ਦੀ ਆਵਾਜ਼ ਉਠਾਉਣੀ ਹੈ, ਉਹ ਆਵਾਜ਼ ਬਣ ਕੇ, ਇੱਕ ਬੁਲੰਦ ਆਵਾਜ਼ ਬਣ ਕੇ ਸਿੱਖ ਪੰਥ ਦੀ, ਉਹ ਬੀਬੀ ਪਰਮਜੀਤ ਕੌਰ ਖਾਲੜਾ ਜੀ ਉਤਰਨਗੇ। ਇਹੀ ਸਾਡਾ ਮੇਨ ਜਿਹੜਾ ਪੰਥਕ ਮੁੱਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ? ਬਿਲਕੁਲ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਉਹ ਅਸੀਂ ਸਾਰਿਆਂ ਨੇ ਦੇਖਿਆ ਕਿ 2015 ਦੇ ਵਿੱਚ ਜਿਹੜੀ ਹੈ ਬੇਅਦਬੀ ਹੋਈ ਹੈ ਇਹ ਅਕਾਲੀਆਂ ਦੇ ਰਾਜ ਦੇ ਵਿੱਚ, ਅਤੇ ਇਹ ਤਾਂ ਬੜੀ ਅਫਸੋਸ ਵਾਲੀ ਗੱਲ ਹੈ ਕਿ ਜਿਹੜੀ ਬੇਅਦਬੀ ਹੋਈ ਹੈ, ਬੇਅਦਬੀ ਦੇ ਨਾਲ ਰਿਲੇਟਡ ਜਿਹੜੇ ਅਸੀਂ ਬਿਆਨ ਸੁਣਦੇ ਨੇ ਆ, ਪਿੱਛੇ ਜੇ ਅਸੀਂ ਬਾਦਲ ਦਾ ਬਿਆਨ ਸੁਣਿਆ ਸੀਗਾ, ਹੁਣ ਪ੍ਰਕਾਸ਼ ਸਿੰਘ ਬਾਦਲ ਨੇ ਬਿਆਨ ਦਿੱਤਾ ਸੀਗਾ ਕਿ ਮਤਲਬ ਉਹਨਾਂ ਦੇ ਬਿਆਨ ਜਿਹੜੇ ਉਹਨਾਂ ਨੇ ਇਹ ਕਿਹਾ ਸੀ ਕਿ ਇਹ ਕਾਂਡ ਛੋਟੇ ਮੋਟੇ ਹੁੰਦੇ ਰਹਿੰਦੇ ਆ। ਹਾਂ, ਉਹਨਾਂ ਵਾਸਤੇ ਨਾ ਇਹ ਕਾਂਡ ਨੇ ਅਤੇ ਇਹ ਛੋਟੇ ਮੋਟੇ ਨੇ, ਇਹ ਕਾਂਡ ਛੋਟੇ ਮੋਟੇ ਹੁੰਦੇ ਰਹਿੰਦੇ ਦਾ ਮਤਲਬ ਕੀ ਹੈ? ਇਹਦਾ ਮਤਲਬ ਕਿ ਤੁਸੀਂ ਇਹ ਸਾਰਾ ਕੁਝ ਜਾਣਦੇ ਹੋ ਕਿ ਇਹ ਕਾਂਡ ਹੋਏ ਨੇ, ਇਹ ਜਾਣਦੇ ਨੇ ਕਿ ਇਹ ਸਾਰਾ ਕੁਝ ਹੋਇਆ। ਹੁਣ ਇਹਨਾਂ ਵਾਸਤੇ ਬੜੀ ਛੋਟੀ ਜਿਹੀ ਗੱਲ ਹੈ, ਜਿਨ੍ਹਾਂ ਦੇ ਘਰਾਂ ਦੇ ਚਿਰਾਗ ਬੁੱਝ ਗਏ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਾਡੇ ਵਾਸਤੇ ਸੁਪਰੀਮ ਪਾਵਰ ਨੇ, ਸਾਡੀ ਜਾਨ ਤੋਂ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ, ਪਰ ਉਸ ਤੋਂ ਬਾਅਦ ਜਿਹੜੀ ਰੋਜ਼ਗਾਰ ਦੀਆਂ ਸੰਗਤਾਂ ਦੇ ਨੇ ਹੱਥੀਆਂ ਸੰਗਤਾਂ ਦੇ ਉੱਤੇ ਗੋਲੀਆਂ ਚਲਵਾ ਦੇਣੀਆਂ।
इस चीज़ नूं उन्हां भरपाई करन वास्ते जो पंथक सट वजी है जो ये मुद्दे ते सट वजी उन्हां नूं भरपाई करन वास्ते तुरंत ही बादल परिवार दे विचों बादल दी नूं बीबा हरसिमरत कौर बादल वालों भी और सुखबीर सिंह बादल वालों भी ये बयान आ जांदा कि जिन्हां ने बेअदबी करवाई है उहदा कख ना रहे ते जिहड़े लोक इत्थे सियासत कर रहे रहे उहनां दा भी कख ना नहीं इन ये बयान दे ही जान हुण ये असल च इन्होंने जिहड़ी वर्डिंग बोली है ना वीर जी ये वर्डिंग इन्होंने खुद के वास्ते भी बोली है क्योंकि कख इन्हों का नहीं रहना इन्हों ये लगता है कि कख ना रवे उन्होंने जिन्होंने गुरु ग्रंथ साहिब जी की पाक पवित्र गुरु ग्रंथ साहिब जी की बेदबी करवाई है कख तो उन्हों का नहीं रहना यह दूजिया दल्ला करते हैं इन्हों ये नहीं पता कि भी हूँ अगे जोड़ा टाइम है इन्हों वास्ते खत्म वाला टाइम है हूँ इन्हों कोई होर मौका नहीं मिलने वाला इन्हों की जी कबर इन्होंने खुद ही खोद ली हुई है देखो किसी इंसान नाल मत्था लाना वो तो एक जड़ा मनिया जा सकता है कोई गल नहीं पर गुरु के नाल इन्होंने मत्था लाया गुरु ग्रंथ साहिब जी की बेदबी करवाई इन्होंने अपनी कबर आप खोद ली है क्या जाए सिमरन जी तो अक्सर सुनिया जाता है कि जब परमात्मा मारदा ना वो ना तो डांग मारदा ना सोटा मारदा कहिंदे मत मारदा कितना सहमत हो मैं बिल्कुल तुहाडे नाल सहमत हाँ जी वो कहिंदे जी एक कहावत है ना मैं गिरा ना मेरी उम्मीदों के मीनार गिरे लेकिन ये बादल जैसे लोग कई बार गिरे हमें गिराने में कई बार गिरे मतलब ये लोग जड़े ने इन दी जड़ी सोच है वो सिर्फ इतने तक उन्होंने सैट आ कि मैं किस तरीके नाल पॉलिटिक्स दे विच अपने पैर जमाई रखा अपनी नूँह नूं अगे कर लाँ हरसिमरत बादल नूं अपने मुंडे नूं अपने नूं अगे कर लवान बस अपनी पॉलिटिक्स दे विच पैर जमाने की खातिर एक गुरु की बेदबी तक करवाते जा सकते सिमरन इदा नहीं लग रहा तुसीं ओवर कॉन्फिडेंट हो रहे हो तो साडे सामने रवायती पार्टियां ने जिन्हां दे पंच सरपंच जिन्हां दे ब्लॉक समिति मैंबर तो ये सारे पिंडां दे विच हैगे ने हर तरह दियां उन्हां दे कोल लीडरशिप हैगी है कांग्रेस पार्टी है श्रोमणी अकाली दल पार्टी है बीजेपी पार्टी है तो साडी टक्कर सीधी सीधी उन्हां दे नाल है पिंडां दे विच कहा जा रहा है कि जिहड़े पंच सरपंच उन्हां कमांड संभाल ली है और लोगों को कहना शुरू कर दिता कि 3 साल अजे सरकार है उन्हां दी लेकिन जे वोट इधर उधर गई तो तुसीं फिर फिक्र कर लो तुहाडे कोल कम नहीं होने देखो ये मैं तुहानू स्पष्ट क्लीन एंड क्लीयर दस देवां कि तुहानू मैं पहले ये चीज़ दसी है कि जदों असीं अपना फॉर एग्जाम्पल अपना रोड शो कढ़िया सीगा अपना साढ़े रोड शो के दौरान कई घर इहो जिहे सी जिन्हां दे छतां दे उत्ते कांग्रेस दीआं झंडियां लगी हुई सी उन्होंने लोगों ने खुद बाहर आ के बीबी जी नूं आप जिहड़ा उन्होंने नतमस्तक होए तो हाथ जोड़ के उन्होंने ये कहा आ झंडी ना देखियो कहिंदे झंडी ना देखियो दिल तो तुहाडे नाल है असीं तुहाडा साथ देवांगे तुसीं दिल तो दस्सिया जी उन्होंने बीबी जगीर कौर उसके करैक्टर को लेकर बड़ी उंगलियां चकते सुखपाल सिंह खहरा भी उन्होंने उत्ते बड़े सवाल ने और बीबी जगीर कौर दियां रैलियां च भीड़ है इकट्ठ है उसके नाल उन्होंने हौसले बुलंद ने उन्होंने कहना है कि ये जदों 23 तरीक के दिन रिजल्ट बाहर आने ने तो किसी ने लभना नहीं है श्रोमणी अकाली दल जीत देखो ये तो उन्होंने वहम है भरम है कोई जिन्ना मर्जी पाल ले इन्ना कोई फर्क नहीं पैंदा बीबी जगीर कौर का तुसी इत्थे रिजल्ट आने ही वाला है रिजल्ट पता लग जाएगा पर असी तुहानू पहले ही दस दिंदे आ रिजल्ट बीबी परमजीत कौर खालड़ा जी एक अच्छी लीड दे नाल जितणगे और बीबी जगीर कौर का तो नामो निशान ही नहीं किते रहेगा जिहड़ी कांग्रेस पार्टी है तो जसबीर सिंह डिंपा देखो जिहड़े मसल हुंदे मतलब तुहाडी आम आदमी पहलां सुणिया सी कि वह ट्रिपल एम दी गल करदे सीगे मनी मसल पावर मैन पावर ये तिने ही चीज़ा जड़िया ने ना जसबीर सिंह डिंपा दे कोल है मौके की सरकार है उन्होंने पैसे की कमी कोई नहीं हैगी ठीक है जी और मसल पावर भी उन्होंने कोल बहुत है मैन पावर भी बहुत है लोगों थानू की लगता कि वो प्यार दे नाल वोट जे ना दिती लोगों ने तो दूजा कोई होर तजर्बा भी कर सकते ਸਾਡੇ ਉਹਨਾਂ ਦੇ ਕੋਲ ਟ੍ਰਿਪਲ ਐਮ ਵਾਲੀ ਪਾਵਰ ਹੋ ਸਕਦੀ ਹੈ ਸਾਡੇ ਕੋਲ ਉਹ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਪਾਵਰ ਹੈ ਅਸੀਂ ਉਸ ਅਕਾਲ ਪੁਰਖ ਦਾ ਆਸ਼ੀਰਵਾਦ ਲੈ ਕੇ ਚੱਲੇ ਹੋਏ ਹਾਂ ਅਗਰ ਇਹ ਕਾਤਲ ਨੇ ਇੱਕ ਪਾਸੇ ਇਹ ਡਿੰਪੇ ਵਰਗੇ ਜਿਹੜੇ ਕਾਂਗਰਸ ਦੇ ਉਮੀਦਵਾਰ ਉਤਾਰੇ ਗਏ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਇਹ ਉਹ ਨੇ ਜਿਨ੍ਹਾਂ ਨੇ 84 ਦੇ ਵਿੱਚ ਕਤਲੇਆਮ ਕਰਵਾਇਆ ਬਲੂ ਸਟਾਰ ਐਕਸ਼ਨ ਕਰਵਾਇਆ ਫਿਰ ਜਿਹੜਾ ਕਤਲੇਆਮ ਦਾ ਦੌਰ ਚੱਲਿਆ ਉਸ ਤੋਂ ਬਾਅਦ ਹਜ਼ਾਰਾਂ ਲੋਕਾਂ ਨੂੰ ਲਾਵਾਰਿਸ ਕਹਿ ਕੇ ਇਹਨਾਂ ਨੇ ਸਾੜ ਦਿੱਤਾ ਔਰ ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਨੂੰ ਖੁਰਦ ਬੁਰਦ ਕੀਤਾ ਲਾਸ਼ਾਂ ਨੂੰ ਇੱਥੇ ਤੱਕ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਇਹਨਾਂ ਨੇ ਆਪਣਾ ਪੂਰਾ ਯੋਗਦਾਨ ਪਾਇਆ ਔਰ ਇਹਨਾਂ ਦਾ ਸਾਥ ਕਿਹਨੇ ਦਿੱਤਾ ਬੀਬੀ ਜਗੀਰ ਕੌਰ ਦੀ ਅਕਾਲੀ ਦਲ ਬਾਦਲ ਨੇ ਬਾਦਲਾਂ ਨੇ ਸਾਥ ਦਿੱਤਾ ਉਹਨਾਂ ਹਜ਼ਾਰਾਂ ਲਾਵਾਰਿਸ ਲਾਸ਼ਾਂ ਨੂੰ ਖੁਰਦ ਬੁਰਦ ਕਰਨ ਦੇ ਵਿੱਚ ਇੱਥੇ ਤੱਕ ਕਿ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਇਹਨਾਂ ਦੋਨਾਂ ਨੇ ਰਲ ਕੇ ਇਹ ਸਾਰਾ ਕੁਝ ਕਰਵਾਇਆ ਬਿਲਕੁਲ ਉਹ ਮੇਰੇ ਖਿਆਲ ਇਸ ਤਰ੍ਹਾਂ ਲੱਗਦਾ ਨਹੀਂ ਕਿ ਉਹ ਚਾਹੁੰਦੇ ਨਹੀਂ ਕਿ ਤੀਜਾ ਹੋਰ ਰਾਜਨੀਤੀ 'ਚ ਆਵੇ ਆਪਸ ਦੇ ਵਿੱਚ ਹੀ ਫਰੈਂਡਲੀ ਮੈਚ ਚੱਲਦਾ ਰਹੇ ਜੀ ਬਿਲਕੁਲ ਇਹ ਸ਼ੁਰੂ ਤੋਂ ਹੀ ਇਹ ਇੱਕ ਜਾਂਦਾ ਹੈ ਅਤੇ ਦੂਸਰਾ ਆ ਜਾਂਦਾ ਹੈ ਅੱਜ ਤੱਕ ਕਦੇ ਕਿਸੇ ਨੂੰ ਇਹ ਨਹੀਂ ਸੀ ਪਤਾ ਲੱਗਿਆ ਕਿ ਵੀ ਆਪਾਂ ਕੋਈ ਆਪਣੇ ਜਿਹੜਾ ਲੀਡਰ ਆਫ ਓਪੋਜੀਸ਼ਨ ਹੈ ਅਸੀਂ ਉਹਦੇ ਵੇ ਤਰੀਕੇ ਦੇ ਨਾਲ ਆਪਾਂ ਬੀਂਗ ਅ ਲੀਡਰ ਆਫ ਓਪੋਜੀਸ਼ਨ ਵੀ ਕੈਨ ਸਪੀਕ ਸਮਥਿੰਗ ਕਿ ਅਸੀਂ ਵੀ ਮੁੱਦੇ ਰੱਖ ਸਕਦੇ ਹਾਂ ਲੀਡਰ ਆਫ
ਓਪੋਜੀਸ਼ਨ ਦਾ ਵੀ ਕੋਈ ਅਹੁਦਾ ਹੁੰਦਾ ਇਹਦੇ ਕਿਸੇ ਨੂੰ ਪਤਾ ਹੀ ਨਹੀਂ ਸੀ ਜਦ ਤੱਕ ਸੁਖਪਾਲ ਸਿੰਘ ਖਹਿਰਾ ਸਾਹਿਬ ਲੀਡਰ ਆਫ ਓਪੋਜੀਸ਼ਨ ਨਹੀਂ ਸੀ ਮਤਲਬ ਬਣਿਆ LOP ਦੇ ਨਹੀਂ ਸੀਗੇ ਅਹੁਦੇ 'ਤੇ ਤਦ ਤੱਕ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਸੁਖਪਾਲ ਸਿੰਘ ਖਹਿਰਾ ਦਾ ਤੁਸੀਂ ਜ਼ਿਕਰ ਕੀਤਾ ਕਿਉਂਕਿ ਇਹ ਪਾਰਟੀ ਜਿੰਨਾ ਟਿਕਟ ਦਿੱਤੀ ਹੈ ਸੁਖਪਾਲ ਸਿੰਘ ਖਹਿਰੇ ਦੀ ਹੈ ਬੀਬੀ ਪਰਮਜੀਤ ਕੌਰ ਖਾਲੜਾ ਇਹਨਾਂ ਨੂੰ ਬਹੁਤ ਵਾਰੀ ਔਫਰ ਆਈਆਂ ਬੜੀਆਂ ਪਾਰਟੀਆਂ ਇਹਨਾਂ ਕੋਲ ਆਈਆਂ ਵੀ ਸਾਡੀ ਟਿਕਟ ਦੇ ਉੱਪਰ ਤੁਸੀਂ ਇਲੈਕਸ਼ਨ ਲੜੋ ਆਖਿਰ ਸੁਖਪਾਲ ਸਿੰਘ ਖਹਿਰਾ ਕੋਲ ਕਿਹੜੀ ਗਿੱਦੜ ਸਿੰਘੀ ਸੀ ਕਿਉਂਕਿ ਉਹ ਤਾਂ ਆਪਣਾ ਸਟੈਂਡ 'ਤੇ ਕੋਈ ਹੈ ਨਹੀਂ ਜਿਵੇਂ ਭਗਵੰਤ ਮਾਨ ਵੀ ਕਹਿ ਦਿੰਦਾ ਕਿ ਉਹ ਦੋਧੀ ਦੇ ਮੋਟਰਸਾਈਕਲ ਵਾਲਾ ਹਾਲ ਹੈ ਜਿੱਧਰ ਮਰਜ਼ੀ ਖੜਾ ਕਰ ਲਓ ਚਾਹੇ ਇਹਨੂੰ ਆਪ ਤਾਂ ਉਹ ਮਿੰਟ ਮਿੰਟ 'ਚ ਪਾਰਟੀ ਬਦਲ ਲੈਂਦਾ ਆਖਿਰ ਬੀਬੀ ਪਰਮਜੀਤ ਖਾਲੜਾ ਜਿਹੜੀ ਹੈ ਉਹਨਾਂ 'ਤੇ ਯਕੀਨ ਕਰਕੇ ਕਿਤੇ ਕਿ ਬਹੁਤ ਵੱਡੀ ਸਾਜਿਸ਼ ਦਾ ਸ਼ਿਕਾਰ ਤਾਂ ਨਹੀਂ ਹੋਣ ਜਾ ਰਹੇ ਦੇਖੋ ਸਭ ਤੋਂ ਪਹਿਲੇ ਤਾਂ ਤੁਸੀਂ ਸੁਖਪਾਲ ਸਿੰਘ ਖਹਿਰਾ ਸਾਹਿਬ ਦੀ ਗੱਲ ਕੀਤੀ ਹੈ ਉਹਨਾਂ ਦੀ ਇਮੇਜ ਦੀ ਗੱਲ ਕੀਤੀ ਹੈ ਭਗਵੰਤ ਮਾਨ ਦੀ ਗੱਲ ਮੈਂ ਬਾਅਦ ਵਿੱਚ ਕਰਾਂਗੀ ਮੈਂ ਜਵਾਬ ਜ਼ਰੂਰ ਦੇਵਾਂਗੀ ਪਹਿਲੇ ਮੈਂ ਸੁਖਪਾਲ ਸਿੰਘ ਖਹਿਰਾ ਸਾਹਿਬ ਦਾ ਮੈਂ ਪਿਛੋਕੜ ਜ਼ਰੂਰ ਦੱਸਣਾ ਚਾਹੁੰਦੀ ਹਾਂ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਇਹਨਾਂ ਨੇ ਪਾਰਟੀਜ਼ ਬਦਲੀਆਂ ਉਹ ਮੈਂ ਇਹ ਦੱਸਣਾ ਚਾਹੁੰਦੀ ਉਹਨਾਂ ਨੂੰ ਮੈਂ ਜਵਾਬ ਇਹ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਸੁਖਜਿੰਦਰ ਸਿੰਘ ਖਹਿਰਾ ਸਾਹਿਬ ਸੁਖਪਾਲ ਸਿੰਘ ਖਹਿਰਾ ਸਾਹਿਬ ਦੇ ਪਿਤਾ ਜੀ ਉਹਨਾਂ ਦਾ ਇਤਿਹਾਸ ਪੜ੍ਹ ਕੇ ਦੇਖੋ ਧਰਮਯੁੱਧ ਮੋਰਚਾ 'ਚ ਮਤਲਬ ਉਹਨਾਂ ਦਾ ਪੂਰਾ ਯੋਗਦਾਨ ਰਿਹਾ ਧਰਮਯੁੱਧ ਮੋਰਚੇ ਲਗਾਏ ਗਏ ਜੇਲ੍ਹਾਂ ਕੱਟੀਆਂ ਗਈਆਂ ਉਹ ਕਿੰਨੇ ਮਸਲਿਆਂ ਦੇ ਕਰਕੇ ਉਹ ਮਸਲੇ ਕਿਹੜੇ ਸਨ ਉਹ ਮਸਲੇ ਸਾਡੇ ਪੰਜਾਬ ਦੇ ਸਨ ਪੰਜਾਬ ਦੇ ਪਾਣੀਆਂ ਦਾ ਮਸਲਾ ਪੰਜਾਬ ਦੀ ਰਾਜਧਾਨੀ ਦਾ ਮਸਲਾ ਪੰਜਾਬ ਤੋਂ ਵੱਖ ਕੀਤੇ ਗਏ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਉਹਨਾਂ ਮਸਲਿਆਂ ਦੇ ਕਰਕੇ ਧਰਮਯੁੱਧ ਮੋਰਚੇ ਲੱਗੇ ਸਨ ਉਹ ਸੁਖਜਿੰਦਰ ਸਿੰਘ ਖਹਿਰਾ ਸਾਹਿਬ ਨੇ ਲਗਾਏ ਸਨ ਔਰ ਇਹ ਜਿਹੜੀ ਇਹ ਸਾਰੀ ਸੋਚ ਹੈ ਜਿਹੜੀ ਇਹ ਸੋਚ ਲੈ ਕੇ ਅਗਰ ਕੋਈ ਪੋਜ਼ਿਟਿਵਿਟੀ ਲੈ ਕੇ ਚੱਲਦਾ ਹੈ ਤਾਂ ਅਗਰ ਉਹਨੂੰ ਆਪਣੇ ਹੀ ਕਿਸੇ ਪਾਰਟੀ ਦੇ ਬੰਦੇ ਦੇ ਖਿਲਾਫ ਅਗਰ ਉਤਰਨਾ ਵੀ ਪੈਂਦਾ ਤਾਂ ਮੇਰੇ ਹਿਸਾਬ ਨਾਲ ਬਿਲਕੁਲ ਠੀਕ ਹੈ ਕੋਈ ਗਲਤ ਨਹੀਂ ਹੈ ਅਤੇ ਜੇ ਗੱਲ ਕਰ ਲਈਏ ਅਸੀਂ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਜਿਸ ਜ਼ੁਬਾਨ ਦੇ ਨਾਲ ਜਿਸ ਦਿਮਾਗ ਦੇ ਨਾਲ ਅਸੀਂ ਕਿਸੇ ਪਾਰਟੀ ਦੀਆਂ ਸਿਫਤਾਂ ਦੇ ਪੁਲ ਬੰਨ ਦਿੰਦੇ ਹਾਂ ਚਾਹੇ ਉਹ ਕਾਤਲ ਪਾਰਟੀ ਸੀ ਜਿਸ ਸਮੇਂ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ 'ਚ ਗਏ ਜਾਂਦੇ ਨੇ ਜਾਂ ਉਸ ਤੋਂ ਪਹਿਲਾਂ ਕਾਂਗਰਸ ਪਾਰਟੀ 'ਚ ਨੇ ਕਾਂਗਰਸ ਪਾਰਟੀ ਦੇ ਵਿੱਚ ਤਾਰੀਫਾਂ ਦੇ ਬੁੱਲ ਬਣ ਰਹੇ ਨੇ ਕਾਂਗਰਸ ਪਾਰਟੀ ਦੇ ਉਦੋਂ 84 ਦਾ ਕਦੀ ਜ਼ਿਕਰ ਨਹੀਂ ਆਇਆ ਉਦੋਂ ਨਹੀਂ ਉਹਨਾਂ ਨੂੰ ਲੱਗਾ ਕਿ ਕਾਂਗਰਸ ਪਾਰਟੀ ਜਿਹੜੀ ਆ ਕਾਤਲਾਂ ਦੀ ਪਾਰਟੀ ਹੈ ਆਮ ਆਦਮੀ ਪਾਰਟੀ ਆਈ ਕਾਤਲਾਂ ਦੀ ਪਾਰਟੀ ਹੋ ਗਈ ਆਪਣੀ ਪਾਰਟੀ ਬਣਾਈ ਤਾਂ ਕਾਤਲ ਤੁਹਾਨੂੰ ਨਹੀਂ ਲੱਗਦਾ ਚੌਧਰ ਦੀ ਭੁੱਖ ਜਿਹੜੀ ਆਉਣ ਵਾਲੇ ਸਮੇਂ 'ਚ ਸੁਖਪਾਲ ਸਿੰਘ ਖਹਿਰੇ ਨੂੰ ਬਿਲਕੁਲ ਖਤਮ ਕਰ ਦੇਗੀ ਨਹੀਂ ਐਸਾ ਕੁਛ ਨਹੀਂ ਹੈ ਜੀ ਕੋਈ ਚੌਧਰ ਦੀ ਭੁੱਖ ਨਹੀਂ ਹੈਗੀ ਜੇ ਅਸੀਂ ਗੱਲ ਕਰ ਲਈਏ ਕਿ ਸਾਡੇ ਪੰਜਾਬ ਦੇ ਮਸਲਿਆਂ ਦੀ ਗੱਲ ਤਾਂ ਮੈਂ ਖੁਦ ਤੁਹਾਨੂੰ ਕਹਿ ਦਿੰਦੀ ਹਾਂ ਕਿ 2014 ਦੇ ਵਿੱਚ ਜਦੋਂ ਲੋਕ ਸਭਾ ਇਲੈਕਸ਼ਨ ਹੋਈ ਸੀ ਤਾਂ ਸਮੁੱਚੇ ਪੰਜਾਬ ਵਾਸੀਆਂ ਨੇ ਉਸ ਵੇਲੇ ਆਮ ਆਦਮੀ ਪਾਰਟੀ ਦਾ ਇੱਥੇ ਜ਼ਿਕਰ ਆ ਰਿਹਾ ਤਾਂ ਮੈਂ ਆਮ ਆਦਮੀ ਪਾਰਟੀ ਦਾ ਨਾਮ ਜ਼ਰੂਰ ਲਵਾਂਗੀ ਕਿ ਜਦੋਂ 2014 ਦੀ ਇਲੈਕਸ਼ਨ ਹੋਈ ਸੀ ਉਸ ਵੇਲੇ ਸਮੁੱਚੇ ਪੰਜਾਬ ਵਾਸੀਆਂ ਨੇ ਉਹਨਾਂ ਨੂੰ 4 MP ਜਿਹੜੇ ਜਿੱਤ ਕੇ ਦਿੱਤੇ ਸਨ ਉਹਨਾਂ ਨੇ ਝੋਲੀ ਪਾਈ ਸਨ ਸਿਰਫ ਪੰਜਾਬ 'ਚੋਂ ਹੀ 4 MP ਆਏ ਸੀ ਪੂਰੇ ਦੇਸ਼ 'ਚ ਉਹਨਾਂ ਨੇ ਆਪਣੇ ਜਿਹੜੇ ਉਮੀਦਵਾਰ ਖੜੇ ਮੌਜੂਦਾ ਮੈਨੂੰ ਚੌਧਰ ਕਿਉਂਕਿ ਟਾਈਮ ਦੀ ਸਾਡੀ ਕਮੀ ਹੈ ਚੌਧਰ ਦੀ ਗੱਲ ਕਰ ਰਹੇ ਜੀ ਇਹ ਚੌਧਰ ਜਿਹੜੀ ਹੈ ਅਹੁਦਿਆਂ ਦੀ ਚੌਧਰ ਅਹੁਦਿਆਂ ਦੀ ਭੁੱਖ ਇਹ ਸੁਖਪਾਲ ਸਿੰਘ ਖਹਿਰਾ ਨੂੰ ਗਿਰਗਟ ਵਾਂਗੂ ਰੰਗ ਬਦਲਣ ਲਈ ਮਜਬੂਰ ਕਰਦੀ ਹੈ ਨਹੀਂ ਨਹੀਂ ਇਹ ਉਧਰ ਮਤਲਬ ਜਿਹੜੀ ਹੈ ਆਪਾਂ ਨੂੰ ਜਿਹੜੀ ਚੌਧਰ ਚਾਹੁੰਦੇ ਹੋ ਤੁਸੀਂ ਗੱਲ ਕਰ ਰਹੇ ਹੋ ਚੌਧਰ ਦੀ ਭੁੱਖ ਨਹੀਂ ਹੈਗੀ ਇਹ ਗੱਲ ਮਸਲਿਆਂ ਦੀ ਪੰਜਾਬ ਦੀ ਮਸਲਿਆਂ ਦੀ ਜ਼ਬਾਨ ਦੇ ਨਾਲ ਜਿਹਦੇ ਬਾਰੇ ਅਸੀਂ ਤਾਰੀਫ ਕੀਤੀ ਹੋਵੇ ਉਹਦੀ ਬੁਰਾਈ ਕਿੱਡੀ ਆਸਾਨੀ ਨਾਲ ਕਰ ਜਾਂਦੇ ਨੇ ਇਹ ਕਿਉਂ ਮੈਂ ਤੁਹਾਨੂੰ ਉਹੀ ਜਵਾਬ ਦੇ ਰਹੀ ਹਾਂ ਕਿ ਜਿਸ ਵੇਲੇ ਅਸੀਂ ਆਮ ਆਦਮੀ ਪਾਰਟੀ ਨੂੰ ਸਮੁੱਚੇ ਪੰਜਾਬ ਵਾਸੀਆਂ ਨੇ ਹੱਥਾਂ 'ਤੇ ਚੱਕਿਆ ਸੀਗਾ ਸਿਰਫ ਇਸ ਕਰਕੇ ਚੱਕਿਆ ਸੀ ਕਿ ਇਹ ਸਾਡੇ ਪੰਜਾਬ ਦੇ ਵਾਸਤੇ ਕੁਛ ਕਰਨਗੇ ਜਦੋਂ ਉਹਨਾਂ ਨੇ ਆਪਣੇ ਅਸੂਲ ਛੱਡਤੇ ਉਹਨਾਂ ਨੇ ਆਪਣੇ ਉਹ ਅਸੂਲਾਂ 'ਤੇ ਉਹ ਕਾਇਮ ਨਹੀਂ ਰਹੇ ਤਾਂ ਅਸੀਂ ਉਹਨਾਂ ਨੂੰ ਵੀ ਜਿਹੜਾ ਆ ਅਸੀਂ ਛੱਡ ਦਿੱਤਾ ਉਹਨਾਂ ਨੇ ਅਸੂਲ ਛੱਡਿਆ ਸੀ ਉਹਨਾਂ ਨੂੰ ਛੱਡਤਾ ਚਲੋ ਇਹ ਠੀਕ ਹੈ ਜੀ ਲੇਕਿਨ ਹਲਕਾ ਖਡੂਰ ਸਾਹਿਬ ਦੇ ਵਿੱਚ ਇੱਕ ਵੀ ਰੈਲੀ ਸੁਖਪਾਲ ਸਿੰਘ ਖਹਿਰੇ ਦੀ ਨਹੀਂ ਹੋਈ ਇੱਕ ਵੀ ਹੋਈ ਸੀ ਸੁਖਪਾਲ ਸਿੰਘ ਖਹਿਰਾ ਸਾਹਿਬ ਦੀਆਂ ਬਹੁਤ ਸਾਰੀਆਂ ਰੈਲੀਆਂ ਹੋਈਆਂ ਨੇ ਮੈਨੂੰ ਸਾਨੂੰ ਇਹ ਪਤਾ ਲੱਗਾ ਵਿਰੋਧੀਆਂ ਤੋਂ ਜਾਂ ਸਾਨੂੰ ਇਹ ਜੱਜਮੈਂਟ ਹੋਈ ਜੋ ਅਸੀਂ ਸਰਵੇ ਕੀਤਾ ਕਿਆ ਇਹ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਦੇ ਆਉਣ ਨਾਲ ਬੀਬੀ ਜੀ ਦੀ ਸੀਟ ਜਿਹੜੀ ਸੀਗੀ ਇਹਨੂੰ ਖਤਰਾ ਪੈਦਾ ਹੋ ਸਕਦਾ ਇਸ ਕਰਕੇ ਉਹਨੂੰ ਹੱਥ ਜੋੜ ਦਿੱਤੇ ਗਏ ਕਿ ਖਹਿਰਾ ਸਾਹਿਬ ਪਿੱਛੇ ਹੀ ਰਹੋ ਸੀਟ ਅਸੀਂ ਚੰਗੀ ਭਲੀ ਜਿੱਤ ਰਹੇ ਨਾ ਤੁਹਾਡੇ ਪੈਰ ਇੱਧਰ ਨੂੰ ਪੈ ਜਾਣ ਅਤੇ ਇਹ ਕੰਮ ਹੀ ਖਰਾਬ ਹੋ ਜੇ ਉਲਟ ਹੋ ਜੇ ਦੇਖੋ ਵਿਰੋਧੀਆਂ ਦਾ ਜਿਹੜਾ ਕਹਿਣਾ ਹੈ ਨਾ ਉਹ ਬਹੁਤ ਕੁਝ ਕਹਿ ਸਕਦੇ ਆ ਵਿਰੋਧੀਆਂ ਦੇ ਦਿਮਾਗ 'ਚ ਜੋ ਆਉਂਦਾ ਉਹ ਕਹਿ ਸਕਦੇ ਆ ਪਰ ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਸ਼ੁਰੂਆਤ ਹੀ ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਇੱਥੇ ਆ ਕੇ ਕੀਤੀ ਸੀ ਰੈਲੀਆਂ ਉਹ ਵੀ ਬੋਲਣ 'ਚ ਬੇਲਗਾਮ ਨੇ ਨਾ ਕੀ ਕਹਿ ਦੇਣਾ ਕੋਈ ਪਤਾ ਨਹੀਂ ਲੱਗਦਾ ਨਹੀਂ ਦੇਖੋ ਜੇ ਜੋ ਵੀ ਉਹ ਕਹਿੰਦੇ ਨੇ ਉਹ ਤੱਥਾਂ ਦੇ ਆਧਾਰ ਤੇ ਕਹਿੰਦੇ ਨੇ ਤੇ ਜੇ ਉਹ ਗੱਲ ਪੰਜਾਬ ਦੀ ਕਰਦੇ ਨੇ ਤਾਂ ਉਹ ਕਰਨੀ ਬਹੁਤ ਜ਼ਰੂਰੀ ਹੈ ਕਿਸੇ ਨੂੰ ਚੁਬੇ ਬੇਸ਼ੱਕ ਜਸਵੀਰ ਸਿੰਘ ਡਿੰਪਾ ਪਿਛਲੇ ਦਿਨੀ ਉਹਦੀ ਇੱਕ ਵੀਡੀਓ ਵਾਇਰਲ ਹੋਈ ਹੈ ਸ਼ਰਾਬੀ ਹਾਲਤ ਦੇ ਵਿੱਚ ਲੋਕਾਂ ਕੋਲੋਂ ਵੋਟਾਂ ਮੰਗ ਰਿਹਾ ਖੜਿਆ ਨਹੀਂ ਜਾ ਰਿਹਾ ਵੀਡੀਓ 'ਚ ਸਾਫ ਲੱਗਦਾ ਕਿ ਇੱਕ ਪਾਈਪ ਦਾ ਸਹਾਰਾ ਲੈ ਕੇ ਉਹ ਖਲੋਤਾ ਜਸਵੀਰ ਸਿੰਘ ਡਿੰਪਾ ਦੀ ਕੁਝ ਦਿਨ ਪਹਿਲਾਂ ਲੱਛਣਾਂ ਤੋਂ ਠੀਕ 2-3 ਦਿਨ ਪਹਿਲਾਂ ਇਹ ਵੀਡੀਓ ਵਾਇਰਲ ਹੋਣੀ ਜਾਂ ਉਹਦਾ ਇਹ ਰੂਪ ਜਨਤਾ ਦੇ ਵਿੱਚ ਜਾਣਾ ਕੀ ਸੁਣਿਆ ਦੇਗਾ ਕਾਂਗਰਸ ਨੂੰ ਦੇਖੋ ਸੁਨੇਹਾ ਇਹੀ ਦੇਗਾ ਕਿ ਜਿਹੜਾ ਇਨਸਾਨ ਖੁਦ ਨਹੀਂ ਆਪਣੇ ਪੈਰਾਂ 'ਤੇ ਖੜਾ ਹੋ ਸਕਦਾ ਜਿਹੜਾ ਖੁਦ ਲੜਖੜਾਉਂਦਾ ਪਿਆ ਹੈ ਇਹ ਤਾਂ ਮੈਂ ਜਨਤਾ ਨੂੰ ਅਪੀਲ ਕਰਾਂਗੀ ਕਿ ਜਿਹੜਾ ਆਪਣੇ ਪੈਰਾਂ 'ਤੇ ਆਪ ਨਹੀਂ ਖੜਾ
ਹੈ ਰੈਲੀਆਂ ਦੇ ਵਿੱਚ, ਉਸ ਬੰਦੇ ਤੋਂ ਤੁਸੀਂ ਕੀ ਐਕਸਪੈਕਟ ਕਰਦੇ ਹੋ? ਇਸ ਕਰਕੇ ਇਹਨੂੰ ਬਿਲਕੁਲ ਵੀ ਵੋਟ ਜਿਹੜੀ ਆਪਾਂ ਨਹੀਂ ਪਾਉਣੀ। ਸਿਮਰਨ, ਆਖਰੀ ਸਵਾਲ, ਕੱਲ੍ਹ ਚੰਦ ਘੰਟੇ ਰਹਿ ਗਏ ਨੇ, ਬਾਕੀ ਨੇ, ਕੱਲ੍ਹ ਇਲੈਕਸ਼ਨਾਂ ਸਟਾਰਟ ਹੋ ਜਾਣੀਆਂ, ਸਵੇਰ ਤੋਂ 6 ਵਜੇ ਤੋਂ ਬਟਨ ਦੱਬਣੇ ਸ਼ੁਰੂ ਹੋ ਜਾਣੇ, ਮਸ਼ੀਨਾਂ ਨੇ ਟੀ ਟੀ ਪੀ ਪੀ ਕਰਨਾ ਚਾਲੂ ਕਰ ਦੇਣਾ। 23 ਤਰੀਕ ਨੂੰ ਰਿਜ਼ਲਟ, ਹਰ ਇੱਕ ਪਾਰਟੀ ਕੌਨਫੀਡੈਂਟ ਹੈ, ਪਰ ਕੁਛ ਪਾਰਟੀਆਂ ਦੇ ਰੰਗ ਵੀ ਉੱਡੇ ਪਏ ਨੇ, ਪਤਾ ਉਹਨਾਂ ਨੂੰ ਕਿ ਉਹਨਾਂ ਦੇ ਹਾਲਾਤ ਪਤਲੀ ਹੈ। ਜਿਹੜੀ ਇਸ ਵੇਲੇ ਬੀਬਾ ਪਰਮਜੀਤ ਕੌਰ ਖਾਲੜਾ, ਉਹਦੇ ਵੋਟਰ, ਉਹਦੇ ਸਪੋਰਟਰ ਕੀ ਮਹਿਸੂਸ ਕਰ ਰਿਹਾ? ਦੇਖੋ, ਆਪਾਂ ਪੂਰੇ ਪੰਜਾਬ ਡੈਮੋਕਰੇਟਿਕ ਅਲਾਇੰਸ ਦੀ ਗੱਲ ਕਰ ਲਈਏ ਤਾਂ ਪੰਜਾਬ ਡੈਮੋਕਰੇਟਿਕ ਅਲਾਇੰਸ ਦੇ ਵਿੱਚ ਉਹ ਹਮ ਖਿਆਲੀ ਪਾਰਟੀਆਂ ਜੁੜੀਆਂ ਨੇ ਜਿਨ੍ਹਾਂ ਨੇ ਹਮੇਸ਼ਾ ਕਿਰਤੀਆਂ ਦੀ, ਗਰੀਬਾਂ ਦੀ, ਮਜ਼ਲੂਮਾਂ ਦੀ ਗੱਲ ਡਨ ਜੁੜੀਆਂ ਇਕੱਠੀਆਂ। ਮੈਂ ਪੁੱਛ ਰਿਹਾ ਕਿ ਜਿਹੜੇ ਵਰਕਰ ਜਿਹੜੇ ਹੁਣ ਰਾਤ ਦਿਨ ਨਾਲ ਚੱਲ ਰਹੇ ਸੀਗੇ, ਚੰਦ ਘੰਟੇ ਬਾਕੀ ਨੇ, ਦੇਖੋ ਧੁੜਕੂ ਤਾਂ ਲੱਗਦਾ ਹੈ ਨਾ, ਜਦੋਂ ਪਤਾ ਹੋਵੇ ਨਾ ਕਿਸੇ ਨੂੰ ਕੱਲ੍ਹ ਕੇਸ ਹੈ, ਤਰੀਕ ਤੁਸੀਂ ਤਾਂ ਐਡਵੋਕੇਟ ਹੋ ਅਤੇ ਕੱਲ੍ਹ ਸਵੇਰੇ ਫੈਸਲਾ ਆਉਣ ਵਾਲਾ, ਆਖਰੀ ਦਿਨ ਹੈ, ਤਾਂ ਤੁਹਾਨੂੰ ਵੀ ਲੋਕ ਫੋਨ ਕਰ ਪੁੱਛਦੇ ਹੁੰਦੇ ਬਾਰ ਬਾਰ ਵੀ ਹਾਂਜੀ ਕੇਸ ਤਿਆਰ ਕੀਤਾ ਜੇ, ਕਿੱਦਾਂ ਚੱਲ ਰਿਹਾ ਜੇ, ਸਵੇਰੇ ਜੱਜ ਸਾਹਿਬ ਕਿਤੇ ਆਹ ਤਾਂ ਨਹੀਂ ਕਰ ਦੇਣਗੇ, ਉਹ ਤਾਂ ਨਹੀਂ ਕਰ ਦੇਣਗੇ, ਹੁੰਦਾ ਡਰ ਤਾਂ ਲੱਗਦਾ। ਤਾਂ ਤੁਹਾਡੀ ਹਾਲਤ ਕੀ? ਦੇਖੋ, ਸਾਨੂੰ ਉਹ ਸੱਚੇ ਪਾਤਸ਼ਾਹ ਅਕਾਲ ਪੁਰਖ 'ਤੇ ਪੂਰਾ ਵਿਸ਼ਵਾਸ ਹੈ। ਪਰਮਾਤਮਾ ਨੇ ਅਗਰ ਬੀਬੀ ਪਰਮਜੀਤ ਕੌਰ ਖਾਲੜਾ ਜੀ ਨੂੰ ਮੈਦਾਨੇ ਜੰਗ 'ਚ ਉਤਾਰਿਆ ਆ ਤਾਂ ਉਹ ਸੱਚੇ ਪਾਤਸ਼ਾਹ ਅਕਾਲ ਪੁਰਖ ਇਸ ਮੈਦਾਨੇ ਜੰਗ ਨੂੰ ਫਤਿਹ ਵੀ ਖੁਦ ਕਰਨਗੇ। ਸਾਨੂੰ ਡਰ ਤਾਂ ਹੋਣਾ ਚਾਹੀਦਾ ਜੇ ਅਸੀਂ ਮਤਲਬ ਇਹਨਾਂ ਅਕਾਲੀ ਕਾਂਗਰਸੀਆਂ ਵਰਗੇ ਹੋਈਏ। ਸਾਨੂੰ ਇਸ ਕਰਕੇ ਆਪਣੇ ਆਪ 'ਚ ਕੌਨਫੀਡੈਂਸ ਹੈਗਾ ਆ, ਅਸੀਂ ਕੌਨਫੀਡੈਂਟ ਹਾਂ ਕਿਉਂਕਿ ਅਸੀਂ ਉਸ ਪਰਮਾਤਮਾ ਦੀ ਟੇਕ ਲੈ ਕੇ ਚੱਲੇ ਹੋਏ ਹਾਂ। ਕੈਪਟਨ ਅਮਰਿੰਦਰ ਸਿੰਘ ਜਿਹੜੇ ਆ, ਉਹਨਾਂ ਨੇ ਹੁਣ ਕੱਲ੍ਹ ਹੀ ਬਿਆਨ ਦੇ ਦਿੱਤਾ ਪਹਿਲਾਂ ਹੀ ਇਲੈਕਸ਼ਨਾਂ ਤੋਂ ਕਿ ਉਹ ਅਸਤੀਫਾ ਦੇਣਗੇ ਜੇ ਰਿਜ਼ਲਟ ਚੰਗੇ ਨਾ ਆਏ। ਤਾਂ ਕੀ ਲੱਗਦਾ ਜੀ, ਕੈਪਟਨ ਸਾਹਿਬ ਅਸਤੀਫਾ ਲਿਖ ਕੇ ਰੱਖਣ? ਉਹਨਾਂ ਨੂੰ ਨਾ ਫਟਾਫਟ ਲਿਖ ਦੇਣਾ ਚਾਹੀਦਾ, ਬਿਲਕੁਲ ਵੀ ਵੇਟ ਨਹੀਂ ਕਰਨੀ ਚਾਹੀਦੀ, ਇਮੀਜੀਏਟਲੀ ਆਪਣਾ ਅਸਤੀਫਾ ਲਿਖ ਕੇ ਈਵਨ ਦੈਨ ਕਿ ਹੁਣ ਉਹਨਾਂ ਨੂੰ ਦੇ ਵੀ ਦੇਣਾ ਚਾਹੀਦਾ ਕਿਉਂਕਿ ਜੋ ਰਿਜ਼ਲਟ ਆਉਣ ਵਾਲਾ ਹੈ ਇਹਨਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਰਿਜ਼ਲਟ ਇਹਨਾਂ ਦਾ ਮਤਲਬ ਇਹਨਾਂ ਦਾ ਉਸ ਤੋਂ ਬਾਅਦ ਵਜੂਦ ਹੀ ਖਤਮ ਹੋ ਜਾਏਗਾ। ਨਵਜੋਤ ਸਿੰਘ ਸਿੱਧੂ ਨੇ ਇੱਕ ਬਹੁਤ ਦਮਦਾਰ ਬਿਆਨ ਦਿੱਤਾ ਕੱਲ੍ਹ ਰਾਜਾ ਵੜਿੰਗ ਦੀ ਰੈਲੀ ਦੇ ਵਿੱਚ। ਉਹ ਕਹਿੰਦਾ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਮਿਲ ਸਕੀ, ਗੁਰੂ ਗ੍ਰੰਥ ਸਾਹਿਬ ਜੀ ਦੇ ਇਨਸਾਫ ਨਾ ਹੋ ਸਕੇ, ਤਾਂ ਉਹ ਇਹ ਜਿਹੜੀ ਮੰਤਰੀਸ਼ਿਪ ਹੈ ਉਹ ਛੱਡ ਦੇਣਗੇ, ਅਸਤੀਫਾ ਦੇ। ਉਹਨਾਂ ਨੇ ਇਹ ਸੋਚਿਆ, ਅਗਰ ਉਹ ਕਰਨਗੇ ਤਾਂ ਬਹੁਤ ਅੱਛੀ ਗੱਲ ਹੈ। ਅੱਗੇ ਰਾਜਾ ਸਭਾ ਵੀ ਉਹਨਾਂ ਛੱਡੀ ਇਸੇ ਚੱਕਰ। ਦੇਖੋ, ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਨੂੰ ਗੁਰੂ ਸਾਹਿਬ ਦੀ ਰਿਸਪੈਕਟ ਕਰਦਾ, ਜਾਣ ਤੋਂ ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਿਸਪੈਕਟ ਕਰਦਾ, ਉਹ ਇਨਸਾਨ ਦੇ ਦਿਲ ਦੇ ਵਿੱਚ ਦਰਦ ਹੈਗਾ ਆ। ਅਗਰ ਨਵਜੋਤ ਸਿੰਘ ਸਿੱਧੂ ਜੀ ਨੇ ਇਹ ਬਿਆਨ ਦਿੱਤਾ ਤਾਂ ਜੀ ਸਦਕੇ ਉਹਨਾਂ ਨੂੰ ਇਹ ਲੱਗਦਾ ਨਹੀਂ ਹਮ ਖਿਆਲੀ ਹੋ ਗਏ ਆ ਤੁਹਾਡੀ, ਉਹਨਾਂ ਦੀ ਸੋਚ ਇੱਕੋ ਜਿਹੀ ਹੋ ਗਈ? ਦੇਖੋ, ਜਿਹੜੀ ਸੋਚ ਹੈ ਨਾ ਪੋਜ਼ਿਟਿਵ ਹੋਣੀ, ਗੁਰੂ ਤਾਂ ਸਭ ਦੇ ਸਾਂਝੇ ਨੇ, ਕਿਹਦੇ ਦਿਲ ਦੇ ਵਿੱਚ ਹੀ ਆਉਣਾ, ਕਿਹਦੇ ਦਿਲ ਦੇ ਵਿੱਚ ਆਏਗਾ, ਇਹ ਕੌਣ ਜਿਹੜਾ ਹੈ ਇਸ ਉਮੀਦ ਨੂੰ ਲੈ ਕੇ ਚੱਲੇਗਾ, ਕੌਣ ਆਪਣੇ ਅੰਦਰੋਂ ਆਪਣੀ ਜ਼ਮੀਰ ਜਗਾਏਗਾ? ਇਹ ਤਾਂ ਜ਼ਮੀਰ ਨੂੰ ਜਗਾਉਣ ਵਾਲੀ ਗੱਲ ਹੈ। ਅਗਰ ਇਹ ਦੂਜੀ ਪਾਰਟੀ ਦੇ ਵਿੱਚ ਆਪਣੀ ਜ਼ਮੀਰ ਜਗਾਉਂਦੇ ਨੇ ਤਾਂ ਅੱਛੀ ਗੱਲ ਹੈ ਇਹਨਾਂ ਨੂੰ। ਜੇ ਕੱਲ੍ਹ ਨੂੰ ਮੌਕਾ ਮਿਲਦਾ, ਸੋਚ ਇੱਕੋ ਜਿਹੀ ਹੋ ਗਈ, ਮੌਕਾ ਮਿਲਦਾ ਤਾਂ ਤੁਸੀਂ ਉਹਦੇ ਨਾਲ ਚੱਲੋਗੇ ਕਿ ਜਾਂ ਉਹ ਤੁਹਾਡੇ ਨਾਲ ਚੱਲਣ? ਦੇਖੋ, ਅਸੀਂ ਤਾਂ ਚੱਲ ਰਹੇ ਹਾਂ, ਅਸੀਂ ਤਾਂ ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਆਪਣੀ ਪੰਜਾਬ ਏਕਤਾ ਪਾਰਟੀ ਅਸੀਂ ਬਣਾਈ ਆ, ਔਰ ਸਮੁੱਚੇ ਪੰਜਾਬ ਵਾਸੀ ਜਿਹੜੇ ਨੇ ਉਹ ਪੰਜਾਬ ਡੈਮੋਕਰੈਟਿਕ ਅਲਾਇੰਸ ਦੇ ਵਿੱਚ ਨੇ। ਅਤੇ ਅਗਰ ਨਵਜੋਤ ਸਿੰਘ ਸਿੱਧੂ ਜੀ ਨੂੰ ਲੱਗੇ ਕਿ ਵੀ ਮੈਂ ਪੰਜਾਬ ਦੇ ਹੱਕ ਸੱਚ ਦੀ ਆਵਾਜ਼ ਉਠਾ ਸਕਦਾ ਹਾਂ ਅਤੇ ਮੈਂ ਵਧੀਆ ਤਰੀਕੇ ਦੇ ਨਾਲ ਹੋਰ ਕੰਮ ਕਰਨਾ ਚਾਹੁੰਦਾ ਤਾਂ ਉਹਨਾਂ ਨੂੰ ਕਾਂਗਰਸ ਛੱਡ ਦੇਣੀ ਚਾਹੀਦੀ ਹੈ ਤਾਂ ਫਿਰ ਡੈਮੋਕਰੈਟਿਕ ਅਲਾਇੰਸ ਨੂੰ ਜਿਹੜਾ ਹੈ ਐਕਸੈਪਟ ਕਰ ਲੈਣਾ ਚਾਹੀਦਾ। ਜੀ ਬਿਲਕੁਲ, ਇਸ ਨਾਲ ਸਾਡੇ ਨਾਲ ਐਡਵੋਕੇਟ ਸਿਮਰਨਜੀਤ ਕੌਰ, ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਲਈ, ਮੀਡੀਆ ਅਤੇ ਦਰਸ਼ਕਾਂ ਨਾਲ ਗੱਲਬਾਤ ਕਰਨ ਦੇ ਲਈ। ਜੋ ਨਤੀਜੇ ਨੇ ਹਲਕਾ ਖਡੂਰ ਸਾਹਿਬ ਦੇ ਹੈਰਾਨ ਕਰਨ ਵਾਲੇ ਹੋ ਸਕਦੇ ਨੇ, ਰਵਾਇਤੀ ਪਾਰਟੀਆਂ ਦੇ ਲਈ ਬਹੁਤ ਵੱਡਾ ਇੱਕ ਝਟਕਾ ਵੀ ਸਾਬਤ ਹੋ ਸਕਦੇ ਨੇ। ਔਰ ਬਹੁਤ ਸਾਰੇ ਐਸੇ ਰਾਜਨੀਤਿਕ ਪੰਡਿਤ ਜਿਨ੍ਹਾਂ ਨੇ ਵੱਖ ਵੱਖ ਭਵਿੱਖਬਾਣੀਆਂ ਕੀਤੀਆਂ ਨੇ, ਉਹਨਾਂ ਦੀਆਂ ਭਵਿੱਖਬਾਣੀਆਂ ਪੁੱਟੀਆਂ ਵੀ ਪੈ ਸਕਦੀਆਂ ਨੇ, ਹਕੀਕਤ 23 ਤਰੀਕ ਨੂੰ ਪਤਾ ਚੱਲੇਗੀ। ਇਹਨਾਂ ਦਾ ਕਹਿਣਾ ਕਿ ਝੰਡੇ ਜਿਹੜੀ ਮਰਜ਼ੀ ਪਾਰਟੀ ਦੇ ਘਰਾਂ ਦੀਆਂ ਉੱਤੇ ਲੱਗੇ ਹੋਣ, ਯਾਨੀ ਕਿ ਇੱਟਾਂ ਦੇ ਉੱਤੇ ਲੱਗੇ ਝੰਡੇ ਜਿਹੜੇ ਨੇ ਉਹ ਇਹ ਸਾਬਤ ਨਹੀਂ ਕਰਦੇ ਕਿ ਇਸ ਘਰ 'ਚੋਂ ਵੋਟ ਕਿੰਨੀ ਨਿਕਲੇਗੀ, ਪਰ ਉਹਨਾਂ ਦੇ ਦਿਲਾਂ 'ਤੇ ਜਿਹੜੇ ਝੰਡੇ ਲੱਗੇ ਨੇ ਉਹ ਸਾਬਤ ਕਰਨਗੇ ਕਿ ਉਹਨਾਂ ਦੀ ਵੋਟ ਕਿਸ ਨੂੰ ਜਾ ਰਹੀ ਹੈ। ਚਾਬੀ ਵਾਲੇ ਲੱਗੇ ਨੇ ਜਿਹੜੇ ਉਹਨਾਂ ਦੇ ਦਿਲਾਂ 'ਤੇ ਜਿਹੜੇ ਰਾਜ ਕਰ ਰਹੀ ਹੈ ਉਹ ਚਾਬੀ ਕਰ ਰਹੀ ਹੈ। ਇਹ ਚਾਬੀ ਹੈ, ਇਹ ਚਾਬੀ ਸਾਡੇ ਪੰਜਾਬ ਦੀ ਚਾਬੀ ਹੈ, ਅਸੀਂ ਪੰਜਾਬ ਦੀ ਚਾਬੀ ਜਿਹੜੀ ਹੈ, ਆਪਣੀ ਇਨਸਾਫ ਦੀ ਚਾਬੀ, ਇਨਸਾਫ ਦੀ ਚਾਬੀ ਹੈ, ਚਾਬੀ ਹੈ। ਅਤੇ ਮੈਂ ਇੱਕ ਅਪੀਲ ਜਿਹੜੀ ਹੈ NRI TV ਦੇ ਥਰੂ ਮੈਂ ਸਮੁੱਚੇ ਵੋਟਰਸ ਨੂੰ ਕਰਨਾ ਚਾਹੂੰਗੀ, ਲੋਕ ਸਭਾ ਹਲਕਾ ਖਡੂਰ ਸਾਹਿਬ ਦੇ, ਕਿ ਇਹ ਵੇਲਾ ਆ ਗਿਆ ਅਸੀਂ ਹੱਕ ਸੱਚ ਦੀ ਆਵਾਜ਼ ਉਠਾਉਣ ਦਾ। ਅਸੀਂ ਹੁਣ ਇਸ ਵੇਲੇ ਉਸ ਪੋਜੀਸ਼ਨ 'ਚ ਹਾਂ, ਕੱਲ੍ਹ 19 ਤਰੀਕ ਨੂੰ ਜਿਹੜੀਆਂ ਚੋਣਾਂ ਹੋਣੀਆਂ ਨੇ, ਵੋਟਾਂ ਪੈਣੀਆਂ ਨੇ। ਸੋ ਸਮੁੱਚੇ ਪੰਜਾਬੀ ਆਪਣੇ ਦਿਲ ਦੀ, ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਬੀਬੀ ਪਰਮਜੀਤ ਕੌਰ ਖਾਲੜਾ ਜੀ ਨੂੰ ਜ਼ਰੂਰ ਜਿਤਵਾਓ। ਇੱਥੇ ਤੱਕ ਕਿ ਪੰਜਾਬ ਡੈਮੋਕਰੈਟਿਕ ਅਲਾਇੰਸ ਦੇ ਜਿੰਨੇ ਉਮੀਦਵਾਰ, ਸਾਡੇ 13 ਦੇ 13 ਉਮੀਦਵਾਰ ਜਿਹੜੇ ਮੈਦਾਨੇ ਜੰਗ 'ਚ ਉਤਰੇ ਨੇ, ਇਹ ਬਹੁਤ
ਅੱਛੇ ਇਨਸਾਨ ਨੇ ਉਹ ਯੋਧੇ ਨੇ ਜਿਹੜੇ ਉਹ ਸੰਘਰਸ਼ ਨੂੰ ਲੈ ਕੇ ਚੱਲੇ ਨੇ ਉਸ ਜੰਗ ਨੂੰ ਲੈ ਕੇ ਚੱਲੇ ਨੇ ਯੁੱਧ ਲੜ ਰਹੇ ਨੇ ਸੋ ਇੱਥੇ ਮੈਂ ਸਿਰਫ ਇੱਕ ਹੀ ਲਾਈਨ ਮੈਂ ਜ਼ਰੂਰ ਕਹਾਂਗੀ ਵੋ ਵਕਤ ਵੀ ਦੇਖਾ ਹੈ ਇਤਿਹਾਸ ਕੀ ਘੜੀਓ ਨੇ ਲਮਹੋਂ ਨੇ ਖਤਾ ਕੀ ਔਰ ਸਦੀਓਂ ਨੇ ਸਜ਼ਾ ਪਾਈ ਜ਼ਰੂਰਤ ਹੈ ਕਿ ਇਸ ਵੇਲੇ ਅਸੀਂ ਸਹੀ ਚੂਜ਼ ਕਰੀਏ ਜਿਹੜਾ ਨਿਸ਼ਾਨ ਚਾਬੀ ਵਾਲਾ ਬਟਨ ਜਿਹੜੇ ਸਾਡੇ ਡੈਮੋਕ੍ਰੈਟਿਕ ਅਲਾਇੰਸ ਦੇ ਜਿਹੜੀਆਂ ਵੱਖ ਵੱਖ ਪਾਰਟੀਆਂ ਦੇ ਜਿਹੜੇ ਨਿਸ਼ਾਨ ਨੇ ਵੱਖ ਵੱਖ ਉਹਨਾਂ ਨੂੰ ਅਸੀਂ ਜਿਹੜਾ ਆ ਉਹਨਾਂ ਨੂੰ ਬਟਨ ਦਬਾ ਕੇ ਅਤੇ ਅਸੀਂ ਉਹਨਾਂ ਨੂੰ ਜਿਤਵਾਈਏ ਅਲਾਇੰਸ ਦੇ ਉਮੀਦਵਾਰਾਂ ਨੂੰ ਜਿਤਵਾਈਏ ਅਤੇ ਸਾਡਾ ਪੰਜਾਬ ਏਕਤਾ ਪਾਰਟੀ ਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਚਾਬੀ ਹੈ ਬੀਬੀ ਪਰਮਜੀਤ ਕੌਰ ਖਾਲੜਾ ਜੀ ਦਾ ਚੋਣ ਨਿਸ਼ਾਨ ਚਾਬੀ ਹੈ ਅਸੀਂ ਇਸ ਬਟਨ ਦਬਾ ਕੇ ਇਹਨਾਂ ਨੂੰ ਪਾਰਲੀਮੈਂਟ 'ਚ ਭੇਜੀਏ ਉਮੀਦਵਾਰਾਂ ਨੂੰ 23 ਤਰੀਕ ਨੂੰ ਪਤਾ ਚੱਲੇਗਾ ਕਿ ਇਸ ਕੀਤੀ ਹੋਈ ਅਪੀਲ ਦਾ ਜਨਤਾ ਦੇ ਉੱਤੇ ਕਿੰਨਾ ਅਸਰ ਹੈ ਹਰੇਕ ਪਾਰਟੀ ਇਹੀ ਅਪੀਲ ਕਰ ਰਹੀ ਹੈ ਕਿ ਉਹਨਾਂ ਦੇ ਉਮੀਦਵਾਰ ਨੂੰ ਜਿਤਾਇਆ ਜਾਵੇ ਹਕੀਕਤ 23 ਤਰੀਕ ਨੂੰ ਪਤਾ ਚੱਲੇਗੀ ਫੈਸਲਾ ਜਨਤਾ ਨੇ ਕੱਲ੍ਹ 19 ਤਰੀਕ ਨੂੰ ਸੁਣਾ ਦੇਣਾ ਚੰਦ ਘੰਟੇ ਬਾਕੀ ਨੇ ਹਰੇਕ ਪਾਰਟੀ ਇਸੇ ਹੀ ਤਰੀਕੇ ਦੇ ਨਾਲ ਆਪਣੀ ਜਿੱਤ ਦੇ ਦਾਅਵੇ ਕਰ ਰਹੀ ਹੈ ਇਸੇ ਤਰ੍ਹਾਂ PDA ਵੱਲੋਂ ਵੀ ਆਪਣੀ ਜਿੱਤ ਦਾ ਦਾਅਵਾ ਜਿਹੜਾ ਵੱਡੀ ਲੀਡ ਦੇ ਨਾਲ ਜਿੱਤ ਦਾ ਦਾਅਵਾ ਇਤਿਹਾਸਿਕ ਜਿੱਤ ਦਾ ਦਾਅਵਾ ਜਿਹੜਾ ਇਹ ਕੀਤਾ ਜਾ ਰਿਹਾ ਹੈ ਸੋ ਇੱਕ ਵਾਰੀ ਫਿਰ ਆਪਣੇ ਮਹਿਮਾਨਾਂ ਦਾ ਧੰਨਵਾਦ ਕਰਦੇ ਜੀ ਸਿਮਰਜੀਤ ਜੀ ਬਹੁਤ ਬਹੁਤ ਸ਼ੁਕਰੀਆ NRA ਮੀਡੀਆ ਦੇ ਲਈ ਰਸ਼ਪਾਲ ਸਿੰਘ ਹਲਕਾ ਖਡੂਰ ਸਾਹਿਬ